ਇਹ ਚਾਰ ਪੰਜ ਜਣੇ ਮੋਟਰਸਾਈਕਲ 'ਤੇ ਆਉਂਦੇ ਹਾਂ ਜੀ। ਇੱਕ ਬੱਚਾ ਪਿੱਛੇ ਕੰਨ ਨੂੰ ਫੋਨ ਲਾਇਆ ਹੋਇਆ ਸੀ, ਉਹਦਾ ਫੋਨ ਖੋਹ ਲਏ ਗਏ, ਪੈਸੇ ਵਗੈਰਾ ਕੱਢ ਲਏ ਗਏ, ਕੁੱਟਿਆ ਮਾਰਿਆ। ਆਹ ਦੇਖੋ ਜੀ, ਇੱਕ ਦੇ ਹੱਥ ਵਿੱਚ ਕਿਰਚਾ, ਜੇ ਬੱਚਾ ਫੋਨ ਵਗੈਰਾ ਪੈਸੇ ਨਾ ਦਿੰਦਾ ਸ਼ਾਇਦ ਕਿਰਚ ਵੀ ਮਾਰ ਦਿੰਦੇ। ਇਹ ਚਾਰ ਪੰਜ ਜਣੇ ਹੈ, ਇਹਨਾਂ ਦਾ ਡੇਲੀ ਦਾ ਕੰਮ ਹੈ, ਕਿਸੇ ਨਾ ਕਿਸੇ ਨੂੰ ਰੋਜ਼ ਇਹ ਲੁੱਟਦੇ ਹੈ। ਇਹਨਾਂ ਨੂੰ ਕੋਈ ਮਿਲ ਜਾਏ ਜੀ, ਇਕੱਲਾ ਬਜ਼ੁਰਗ, ਬੱਚਾ, ਕੋਈ ਜਨਾਨੀ, ਇਹ ਕਿਸੇ ਨੂੰ ਨਹੀਂ ਛੱਡਦੇ। ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ, ਵੀਡੀਓ ਨੂੰ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ, ਜਿਹੜੇ ਵੀ ਇਸ ਏਰੀਆ 'ਚ ਰਹਿੰਦੇ ਹੈ, ਤਾਂ ਕਿ ਇਹਨਾਂ ਦੀ ਪਛਾਣ ਹੋਵੇ ਅਤੇ ਛੇਤੀ ਤੋਂ ਛੇਤੀ ਫੜੇ ਜਾਣ। ਆ ਤਾਂ ਹਾਦੀ ਹੋ ਗਈ ਹੈ, ਦੇਖੋ ਤਸਵੀਰਾਂ ਕਿਵੇਂ ਨਿੱਕੇ ਨਿੱਕੇ ਨਿਆਣੇ ਲੁੱਟ ਖੋਹਾਂ ਕਰੀ ਜਾਂਦੇ ਨੇ, ਹੱਥਾਂ 'ਚ ਕਿਰਚਾਂ ਫੜੀਆਂ ਹੋਈਆਂ ਨੇ। ਇੱਕ ਲਾਲ ਰੰਗ ਦੀ ਸ਼ਰਟ ਪਾਏ ਸ਼ਖਸ ਨੂੰ, ਇੱਕ ਨੌਜਵਾਨ ਨੂੰ ਇਹਨਾਂ ਨੇ ਫੜਿਆ ਹੋਇਆ ਏ, ਉਸਦੇ ਮੁੱਕੇ ਲੱਤਾਂ 'ਚ ਪੇੜਾਂ ਮਾਰ ਰਹੇ ਨੇ ਅਤੇ ਉਸਦੀ ਜੇਬਾਂ ਦੇ ਵਿੱਚ ਹੱਥ ਪਾ ਪਾ ਕੇ ਸਾਰਾ ਸਮਾਨ ਬਾਹਰ ਕੱਢ ਰਹੇ ਨੇ। ਤਾਂ ਦੱਸ ਦਈਏ ਕਿ ਤਸਵੀਰਾਂ ਟਰਾਈ ਸਿਟੀ ਦੀਆਂ, ਤਾਂ ਮੋਹਾਲੀ ਦੇ ਸੈਕਟਰ 123 ਸੰਨੀ ਇਨਕਲੇਵ ਦੀਆਂ ਇਹ ਤਸਵੀਰਾਂ ਨੇ, ਜਿੱਥੇ ਇਹ ਨੌਜਵਾਨ ਜਿਹੜੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ, ਨਿੱਕੇ ਨਿੱਕੇ ਨਿਆਣੇ ਨੇ ਇਹ, ਹਾਲੇ ਪੜ੍ਹਨ ਦੀ ਉਮਰ ਹੈ ਇਹਨਾਂ ਦੀ, ਪਰ ਦੇਖੋ ਕਰੀ ਕੀ ਜਾ ਰਹੇ ਆ ਇਹ। ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਇਹਨਾਂ ਬੱਚਿਆਂ ਦੀ ਬਹੁਤ ਦਹਿਸ਼ਤ ਹੈ, ਲੋਕ ਡਰਦੇ ਨੇ ਘਰੋਂ ਦੇਰ ਰਾਤ ਬਾਹਰ ਨਿਕਲਣ ਨੂੰ, ਅਤੇ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਏ, ਕਿਉਂਕਿ ਇਹਨਾਂ ਦੇ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਏ, ਜਿਸ ਤੋਂ ਬਾਅਦ ਵੀ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ, ਹਾਲੇ ਵੀ ਖੁੱਲ੍ਹੇ ਘੁੰਮਦੇ ਨੇ। ਦੇਖੋ ਕਿਵੇਂ ਦਿਨ ਦਿਹਾੜੇ ਇੱਕ ਨੌਜਵਾਨ ਦੇ ਕੋਲੋਂ ਚਰਿਆਂ ਲੁੱਟਖੋ ਕਰ ਰਹੇ ਨੇ, ਉਸਦੀ ਜੇਬਾਂ ਦੇ ਵਿੱਚ ਹੱਥ ਪਾ ਕੇ ਸਾਰਾ ਸਮਾਨ ਬਾਹਰ ਕੱਢ ਰਹੇ ਨੇ। ਤਾਂ ਤਸਵੀਰਾਂ ਸੰਨੀ ਇਨਕਲੇਵ ਦੀਆਂ, CCTV ਫੁਟੇਜ ਹੈ ਜਿਹੜੀ, ਕਾਫੀ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਦੇ ਵਿੱਚ ਸ਼ਖਸ ਇਹਨਾਂ ਨੌਜਵਾਨਾਂ ਦੀ, ਇਹਨਾਂ ਨਿਆਣਿਆਂ ਦੀ ਤੁਹਾਨੂੰ ਤਸਵੀਰਾਂ ਵੀ ਦਿਖ ਜਾਣਗੀਆਂ, ਸ਼ਕਲਾਂ ਦਿਖ ਜਾਣਗੀਆਂ ਸਾਫ਼ ਸਾਫ਼। ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਪੁਲਿਸ ਤੱਕ ਪਹੁੰਚੇ ਅਤੇ ਪੁਲਿਸ ਇਹਨਾਂ ਨਿਆਣਿਆਂ ਨੂੰ ਸੁਧਾਰ ਕਰੈ ਭੇਜੇ। ਇਹ ਚਾਰ ਪੰਜ ਜਣੇ ਮੋਟਰਸਾਈਕਲ 'ਤੇ ਆਉਂਦੇ ਹਾਂ ਜੀ। ਇੱਕ ਬੱਚਾ ਪਿੱਛੇ ਕੰਨ ਨੂੰ ਫੋਨ ਲਾਇਆ ਹੋਇਆ ਸੀ, ਉਹਦਾ ਫੋਨ ਖੋਹ ਲਏ ਗਏ, ਪੈਸੇ ਵਗੈਰਾ ਕੱਢ ਲਏ ਗਏ, ਕੁੱਟਿਆ ਮਾਰਿਆ। ਆਹ ਦੇਖੋ ਜੀ, ਇੱਕ ਦੇ ਹੱਥ ਵਿੱਚ ਕਿਰਚਾ, ਜੇ ਬੱਚਾ ਫੋਨ ਵਗੈਰਾ ਪੈਸੇ ਨਾ ਦਿੰਦਾ ਸ਼ਾਇਦ ਕਿਰਚ ਵੀ ਮਾਰ ਦਿੰਦੇ। ਇਹ ਚਾਰ ਪੰਜ ਜਣੇ ਹੈ, ਇਹਨਾਂ ਦਾ ਡੇਲੀ ਦਾ ਕੰਮ ਹੈ, ਕਿਸੇ ਨਾ ਕਿਸੇ ਨੂੰ ਰੋਜ਼ ਇਹ ਲੁੱਟਦੇ ਹੈ। ਇਹਨਾਂ ਨੂੰ ਕੋਈ ਮਿਲ ਜਾਏ ਜੀ, ਇਕੱਲਾ ਬਜ਼ੁਰਗ, ਬੱਚਾ, ਕੋਈ ਜਨਾਨੀ, ਇਹ ਕਿਸੇ ਨੂੰ ਨਹੀਂ ਛੱਡਦੇ। ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ, ਵੀਡੀਓ ਨੂੰ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ, ਜਿਹੜੇ ਵੀ ਇਸ ਏਰੀਆ 'ਚ ਰਹਿੰਦੇ ਹੈ, ਤਾਂ ਕਿ ਇਹਨਾਂ ਦੀ ਪਛਾਣ ਹੋਵੇ ਅਤੇ ਛੇਤੀ ਤੋਂ ਛੇਤੀ ਫੜੇ ਜਾਣ। ਆ ਤਾਂ ਹਾਦੀ ਹੋ ਗਈ ਹੈ, ਦੇਖੋ ਤਸਵੀਰਾਂ ਕਿਵੇਂ ਨਿੱਕੇ ਨਿੱਕੇ ਨਿਆਣੇ ਲੁੱਟ ਖੋਹਾਂ ਕਰੀ ਜਾਂਦੇ ਨੇ, ਹੱਥਾਂ 'ਚ ਕਿਰਚਾਂ ਫੜੀਆਂ ਹੋਈਆਂ ਨੇ। ਇੱਕ ਲਾਲ ਰੰਗ ਦੀ ਸ਼ਰਟ ਪਾਏ ਸ਼ਖਸ ਨੂੰ, ਇੱਕ ਨੌਜਵਾਨ ਨੂੰ ਇਹਨਾਂ ਨੇ ਫੜਿਆ ਹੋਇਆ ਏ, ਉਸਦੇ ਮੁੱਕੇ ਲੱਤਾਂ 'ਚ ਪੇੜਾਂ ਮਾਰ ਰਹੇ ਨੇ ਅਤੇ ਉਸਦੀ ਜੇਬਾਂ ਦੇ ਵਿੱਚ ਹੱਥ ਪਾ ਪਾ ਕੇ ਸਾਰਾ ਸਮਾਨ ਬਾਹਰ ਕੱਢ ਰਹੇ ਨੇ। ਤਾਂ ਦੱਸ ਦਈਏ ਕਿ ਤਸਵੀਰਾਂ ਟਰਾਈ ਸਿਟੀ ਦੀਆਂ, ਤਾਂ ਮੋਹਾਲੀ ਦੇ ਸੈਕਟਰ 123 ਸੰਨੀ ਇਨਕਲੇਵ ਦੀਆਂ ਇਹ ਤਸਵੀਰਾਂ ਨੇ, ਜਿੱਥੇ ਇਹ ਨੌਜਵਾਨ ਜਿਹੜੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ, ਨਿੱਕੇ ਨਿੱਕੇ ਨਿਆਣੇ ਨੇ ਇਹ, ਹਾਲੇ ਪੜ੍ਹਨ ਦੀ ਉਮਰ ਹੈ ਇਹਨਾਂ ਦੀ, ਪਰ ਦੇਖੋ ਕਰੀ ਕੀ ਜਾ ਰਹੇ ਆ ਇਹ। ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਇਹਨਾਂ ਬੱਚਿਆਂ ਦੀ ਬਹੁਤ ਦਹਿਸ਼ਤ ਹੈ, ਲੋਕ ਡਰਦੇ ਨੇ ਘਰੋਂ ਦੇਰ ਰਾਤ ਬਾਹਰ ਨਿਕਲਣ ਨੂੰ, ਅਤੇ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਏ, ਕਿਉਂਕਿ ਇਹਨਾਂ ਦੇ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਏ, ਜਿਸ ਤੋਂ ਬਾਅਦ ਵੀ ਇਹ ਪੁਲਿਸ ਦੀ
ਗ੍ਰਿਫਤ ਦੇ ਵਿੱਚ ਨਹੀਂ ਆਏ, ਹਾਲੇ ਵੀ ਖੁੱਲੇ ਘੁੰਮਦੇ ਨੇ। ਦੇਖੋ ਕਿਵੇਂ ਦਿਨ ਦਿਹਾੜੇ ਇੱਕ ਨੌਜਵਾਨ ਦੇ ਕੋਲੋਂ ਚਰਿਆਂ ਲੁੱਟਖੋ ਕਰ ਰਹੇ ਨੇ, ਉਸਦੀ ਜੇਬਾਂ ਦੇ ਵਿੱਚ ਹੱਥ ਪਾ ਕੇ ਸਾਰਾ ਸਮਾਨ ਬਾਹਰ ਕੱਢ ਰਹੇ ਨੇ। ਤਾਂ ਤਸਵੀਰਾਂ ਸੰਨੀ ਇਨਕਲੇਵ ਦੀਆਂ, CCTV ਫੁਟੇਜ ਹੈ ਜਿਹੜੀ, ਕਾਫੀ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਦੇ ਵਿੱਚ ਸ਼ਖਸ ਇਹਨਾਂ ਨੌਜਵਾਨਾਂ ਦੀ, ਇਹਨਾਂ ਨਿਆਣਿਆਂ ਦੀ ਤੁਹਾਨੂੰ ਤਸਵੀਰਾਂ ਵੀ ਦਿਖ ਜਾਣਗੀਆਂ, ਸ਼ਕਲਾਂ ਦਿਖ ਜਾਣਗੀਆਂ ਸਾਫ਼ ਸਾਫ਼। ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਪੁਲਿਸ ਤੱਕ ਪਹੁੰਚੇ ਅਤੇ ਪੁਲਿਸ ਇਹਨਾਂ ਨਿਆਣਿਆਂ ਨੂੰ ਸੁਧਾਰ ਕਰੈ ਭੇਜੇ।